ਪੰਜਾਬ 'ਚ 4 ਵਿਧਾਨ ਸਭਾ ਹਲਕਿਆਂ 'ਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ, ਜਿਸ 'ਤੇ ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਨੇ ਬੋਲਦਿਆਂ ਕਿਹਾ ਕਿ ਬੀਜੇਪੀ ਅਤੇ ਅਕਾਲੀ ਦਲ ਦਾ ਗੱਠਜੋੜ ਪੰਜਾਬ 'ਚ 4 ਸੀਟਾਂ 'ਤੇ ਚੋਣ ਲੜ ਰਿਹਾ। ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਨੇ ਹਰਿਆਣਾ 'ਚ ਬੀਜੇਪੀ ਅਤੇ ਅਕਾਲੀ ਦਲ ਦੇ ਗੱਠਜੋੜ 'ਤੇ ਬੋਲਦਿਆਂ ਕਿਹਾ ਕਿ ਕਦੇ ਵੀ ਬੀਜੇਪੀ ਅਤੇ ਅਕਾਲੀ ਦਲ ਦਾ ਗੱਠਜੋੜ ਹਰਿਆਣਾ 'ਚ ਹੋਇਆ ਹੀ ਨਹੀਂ ਸੀ। ਇਹ ਬਿਲਕੁਲ ਲਿਖਾ ਹੈ, ਗੱਠਜੋੜ ਅਕਾਲੀ ਦਲ ਅਤੇ ਬੀਜੇਪੀ ਦਾ ਕਾਇਮ ਹੈ, ਬੜਾ ਅੱਛਾ ਚੱਲ ਰਿਹਾ, ਬਹੁਤ ਵਧੀਆ ਚੱਲ ਰਿਹਾ। ਇਹ ਅਨਿਕੜਵਾਂ ਗੱਠਜੋੜ ਹੈ, ਚੰਗੀ ਤਰ੍ਹਾਂ ਚੱਲ ਰਿਹਾ, 4 ਸੀਟਾਂ ਅਸੀਂ ਰਲ ਕੇ ਲੜ ਰਹੇ ਹਾਂ। ਇਹਦੇ ਵਿੱਚ ਹੋਰ ਕੋਈ ਕਿਸੇ ਦੀ ਸੰਭਾਵਨਾ ਨਹੀਂ ਹੋਰ ਕੋਈ ਗੱਲ ਕਰਨ ਦੀ। ਹਰਿਆਣੇ ਵਿੱਚ ਕਦੇ ਵੀ ਅਕਾਲੀ ਦਲ ਨਾਲ ਬੀਜੇਪੀ ਦਾ ਸਮਝੌਤਾ ਨਹੀਂ ਹੋਇਆ। ਹਰਿਆਣੇ 'ਚ ਹਮੇਸ਼ਾ ਜਿਹੜੀ ਅਕਾਲੀ ਦਲ ਹੈ ਬੀਜੇਪੀ ਤੋਂ ਛੱਡ ਕੇ ਅਨੈਲੋ ਦੇ ਨਾਲ ਗੱਠਜੋੜ ਕਰਦੀ ਰਹੀ ਹੈ। ਪਿਛਲੇ ਵਾਰ ਵੀ ਉਹਨਾਂ ਨਾਲ ਗੱਠਜੋੜ ਦੀ, ਇਸ ਵਾਰ ਵੀ ਉਹਨਾਂ ਨਾਲ ਗੱਠਜੋੜ ਹੈ। ਐਵੇਂ ਆਪਾਂ ਪਾਸਟ ਭੁੱਲ ਜਾਂਦੇ ਹਾਂ, ਇਸ ਸਮਝੌਤੇ ਦਾ ਟੁੱਟਿਆ ਤਾਂ ਹੋਵੇ ਜੇ ਪਹਿਲਾਂ ਕਦੇ ਹੋਇਆ ਹੋਵੇ। ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਤ ਨੇ ਸ਼ਵੇਤ ਮਲਿਕ ਦੇ ਪੱਖ 'ਚ ਬੋਲਦੇ ਕਿਹਾ ਕਿ ਰਾਜਨੀਤਿਕ 'ਚ ਇੱਕਦਮ ਬਦਲਾਵ ਨਹੀਂ ਆ ਸਕਦਾ। ਉਹਨਾਂ ਕਿਹਾ ਕਿ ਬੀਜੇਪੀ ਅਤੇ ਅਕਾਲੀ ਦਲ ਇੱਕੋ ਨਾਲ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਬਣ ਕੇ ਚੋਣਾਂ ਲੜ ਰਹੇ ਨੇ। ਦੇਖੋ, ਰਜੇਸ਼ ਬਾਘਾ ਨੂੰ ਬੀਜੇਪੀ ਅਕਾਲੀ ਦਲ ਦਾ ਸਾਂਝਾ ਉਮੀਦਵਾਰ ਬਣਾਇਆ ਗਿਆ ਔਰ ਬੀਜੇਪੀ ਔਰ ਅਕਾਲੀ ਦਲ ਦੇ ਸੰਗਠਨ ਪੂਰੀ ਤਰ੍ਹਾਂ ਉਹਦੇ ਪ੍ਰਚਾਰ ਦੇ ਵਿੱਚ ਜੁੱਟ ਗਏ ਆ ਔਰ ਸਾਰੀਆਂ ਨੁੱਕੜ ਬੈਠਕਾਂ, ਹੋਰ ਜੋ ਵੀ ਪ੍ਰਚਾਰ ਦੇ ਤਰੀਕੇ ਆ, ਸਾਰੇ ਉਹ ਚਾਲੂ ਹੈ ਔਰ ਅਸੀਂ ਅੱਛੀ ਲੀਡ ਨਾਲ ਜਿੱਤਾਂਗੇ। ਕਿਉਂਕਿ 3 ਵਾਰੀ ਅਸੀਂ ਉੱਥੋਂ ਇਲੈਕਸ਼ਨ ਜਿੱਤਿਆ, 2 ਵਾਰੀ ਸੋਮ ਪ੍ਰਕਾਸ਼ ਜੀ MLA ਬਣੇ ਆ ਔਰ ਐਤਕੀ ਪਹਿਲਾਂ ਨਾਲੋਂ ਵੱਧ ਵੋਟਾਂ ਨਾਲ ਉਹਨਾਂ ਨੇ ਉੱਥੇ ਪਾਰਲੀਮੈਂਟ 'ਚ ਫਗਵਾੜਾ ਕੰਸਟੀਚੁਐਂਸੀ ਜਿੱਤੀ ਆ। ਹੁਸ਼ਿਆਰਪੁਰ ਤੋਂ ਅੰਕੁਸ਼ ਗੋਇਲ ਦੀ ਰਿਪੋਰਟ, ਦੈਨਿਕ ਸਵੇਰਾ TV। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।